ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਵੀਡੀਓ ਦੇ ਟਾਈਟਲ ਵਿੱਚ ਦੇਖਿਆ ਹੈ ਇੱਕ ਖਾਸ ਆਰਮੀ ਭਰਤੀ ਦੀ ਜਿਹੜੀ ਆ ਤਰੀਕ ਜਿਹੜੀ ਆ ਚੁੱਕੀ ਹੈ ਕਦੋਂ ਤੋਂ ਸਟਾਰਟ ਹੈ ਕਦੋਂ ਤੋਂ ਇਹਦੇ ਫਾਰਮ ਆ ਜਿਹੜੇ ਆਨਲਾਈਨ ਅਪਲਾਈ ਕਰ ਸਕਦੇ ਆ ਤੇ ਕਿਸ-ਕਿਸ ਤੋਂ ਆ ਤੇ ਮੈਂ ਸਾਰੀ ਜਾਣਕਾਰੀ ਤੁਹਾਨੂੰ ਦਵਾਂਗਾ ਤੇ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋਬ ਆਰਮੀ ਜੋਬ ਅਲਰਟ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਜਿਹੜੀ ਨਵੀਂ ਤੋਂ ਨਵੀਂ ਆਰਮੀ ਭਰਤੀ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਵੀ ਡਿਸਟ੍ਰਿਕਟ ਵਿੱਚ ਕਿਸੇ ਵੀ ਤਹਿਸੀਲ ਵਿੱਚ ਸਾਰਾ ਕੁਝ ਇਸ ਦੇ ਉੱਪਰ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਤੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਚਲੋ ਹੁਣ ਗੱਲ ਕਰਦੇ ਹਾਂ ਭਰਤੀ ਦੀ ਆਰਮੀ ਖਾਸਾ ਵਿੱਚ ਜਿਹੜੀ ਭਰਤੀ ਹੁੰਦੀ ਹੈ ਉਹ ਐਡੀ ਭਰਤੀ ਦੀਆਂ ਡੇਟਾ ਆ ਚੁੱਕੀਆਂ ਨੇ ਤੇ ਬਹੁਤ ਸਾਰੇ ਲੋਕ ਹੀ ਕਹਿ ਰਹੇ ਕਿ ਪਤਾ ਨਹੀਂ ਇਹ ਭਰਤੀ ਹੋਏਗੀ ਕਿਉਂਕਿ ਕੋਰੋਨਾ ਵਾਇਰਸ ਜਾਂ ਕੋਵਿਡ-19 ਦੇ ਕਰਕੇ ਇਹ ਭਰਤੀ ਜਿਹੜੀ ਹੈ ਕਾਫੀ ਰੁਕੀ ਜੇ ਸਾਰ ਬੰਦੇ ਹੀ ਕਿ ਪਤਾ ਨਹੀਂ ਇਹ ਭਰਤੀ ਹੋਏਗੀ ਤੇ ਪਰ ਇਹਦੀਆਂ ਜਿਹੜੀਆਂ ਆਫੀਸ਼ੀਅਲ ਡੇਟਾ ਆ ਉਹ ਸਾਰੀਆਂ ਭਰਤੀਆਂ ਜਿੰਨੀਆਂ ਵੀ ਰੁਕੀਆਂ ਹੋਈਆਂ ਸੀ ਉਹਨਾਂ ਦੀਆਂ ਭਰਤੀਆਂ ਦੀਆਂ ਡੇਟਾ ਹੌਲੀ ਹੌਲੀ ਹੁਣ ਸਾਹਮਣੇ ਆ ਰਹੀਆਂ ਆ ਤੇ ਜਿਵੇਂ ਕਿ ਹਰਿਆਣਾ ਵਿੱਚ ਜਿਹੜੀ ਭਰਤੀ ਸੀ ਉਹਦੀਆਂ ਵੀ ਡੇਟਾ ਆ ਰਹੀਆਂ ਵਾ ਪਟਿਆਲੇ ਵਿੱਚ ਭਰਤੀ ਸੀ ਉਹਦੀ ਸੰਗਰੂਰ ਜਿੰਨੇ ਵੀ ਡਿਸਟ੍ਰਿਕਟ ਹੀ ਉਹਨਾਂ ਵਿੱਚ ਭਰਤੀਆਂ ਜਿਹੜੀਆਂ ਮੁਰ ਤੋਂ ਸਟਾਰਟ ਹੋ ਗਈਆਂ ਨੇ ਤੇ ਚਲੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਇੰਟਰਨੈਟ ਤੇ ਖਾਸ ਆਰਮੀ ਭਰਤੀ ਦੇ ਉੱਤੇ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਆਰਮੀ ਓਪਨ ਭਰਤੀ ਦੀ ਜਿਹੜੀ ਆ ਕਿੰਨੀ ਡੇਟ ਤੋਂ ਚਾਹੀਦੀ ਹੈ ਕਿੰਨੀ ਡੇਟ ਤੋਂ ਅਪਲਾਈ ਕਰ ਸਕਦੇ ਆ ਸਾਰੀ ਜਾਣਕਾਰੀ ਇਸ ਤੇ ਦਿੱਤੀ ਆ ਜਿਹੜੀ ਔਨਲਾਈਨ ਡੇਟ ਹੈ ਦੀ 21/8/2020 ਤੋਂ ਸਟਾਰਟ ਹੋਏਗੀ 21/8/2020 ਤੋਂ ਸਟਾਰਟ ਹੋਏਗੀ ਤੇ 20/9/2020 ਤੱਕ ਹੀ ਇਹ ਫਾਰਮ ਭਰ ਸਕਦੇ ਆ ਐਡਮਿਟ ਕਾਰਡ 20 ਤਰੀਕ ਤੋਂ ਬਾਅਦ ਨਿਕਲਣਗੇ 5 ਤਰੀਕ 10ਵਾਂ ਮਹੀਨਾ 2020 ਨੂੰ ਇਹ ਭਰਤੀ ਸਟਾਰਟ ਹੋਏਗੀ 16 ਤਰੀਕ ਤੱਕ ਇਹ ਭਰਤੀ ਚੱਲੇਗੀ ਆ ਦੇਖ ਲੋ ਤੁਹਾਡੇ ਸਾਹਮਣੇ ਲਿਖਿਆ ਏਆਰਓ ਅੰਮ੍ਰਿਤਸਰ ਦੇ ਆਰਮੀ ਭਰਤੀ ਜਿਹੜੀ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਆ ਆ ਦੀ ਜਿਹੜੀ ਜਿੰਨੇ ਵੀ ਆ ਸਾਰਿਆਂ ਦੀ ਭਰਤੀ ਹੋਏਗੀ ਤੇ ਇਹਦੇ ਵਿੱਚ ਪੂਰਾ ਸਿਲੇਬਸ ਦਿੱਤਾ ਗਿਆ ਵਾ ਉਮੀਦਵਾਰਾਂ ਲਈ ਸਾਰੀਆਂ ਕਿਸਮਾਂ ਦਾ ਸਕੈਟਾਂ ਸਾਰਾ ਕੁਝ ਫਤਿਹਗੜ੍ਹ ਸਾਹਿਬ ਇਹਦੇ ਵਿੱਚ ਕਿਹੜੇ ਕਿਹੜੇ ਹੁੰਦੇ ਆ ਆ ਸਾਰਾ ਜ਼ੋਨ ਆ ਜਿਹੜਾ ਇਹਦੀਆਂ ਭਰਤੀਆਂ ਜਿਹੜੀ ਜਿੱਦਾਂ ਵੀ ਤੁਹਾਨੂੰ ਅੱਗੇ ਪਹਿਲਾਂ ਹੀ ਦੱਸਿਆ ਦੇ ਪਟਿਆਲਾ ਵਿੱਚ ਜਿਹੜੀ ਭਰਤੀ ਹੋਣੀ ਆ ਉਹ ਵੀ ਸਟਾਰਟਿੰਗ ਹੋਣ ਵਾਲੀ ਆ ਉਹਦੇ ਫਾਰਮ ਜਿਹੜੇ ਭਰੇ ਜਾਣਦੇ ਨੇ ਉਦਾਂ ਹੀ ਬਰਨਾਲਾ ਵਿੱਚ ਆ ਵੇਖੋ ਬਰਨਾਲਾ ਅੰਮ੍ਰਿਤਸਰ ਖਾਸਾ ਜਿਹੜਾ ਤਰਨਤਾਰਨ ਖਾਸਾ ਇਦਾਂ ਹੀ ਸਾਰੀਆਂ ਭਰਤੀਆਂ ਜਿਹੜੀਆਂ ਹੌਲੀ-ਹੌਲੀ ਜਿਹੜੀਆਂ ਸਟਾਰਟ ਹੋਣ ਲੱਗੀਆਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਏਜ ਦੱਸਦਾ 17.5 ਤੋਂ 21 ਸਾਲ ਦੇ ਜੀਡੀ ਵਾਸਤੇ ਟੈਕਨੀਕਲ ਤੇ ਕਲਰਕ 17.5 ਤੋਂ ਲੈ ਕੇ 23 ਸਾਲ ਇਦਾਂ ਹੀ ਕਿ ਜਿਵੇਂ ਕਿ ਤੁਸੀਂ ਪਹਿਲਾਂ ਭਰਤੀਆਂ ਵੇਖਦੇ ਸਾਰੀਆਂ ਭਰਤੀਆਂ ਦੀ ਜਾਣਕਾਰੀ ਉਦਾਂ ਹੀ ਆ ਤਿਆਰ ਦੇਖ ਲੋ ਅਫੀਸ਼ੀਅਲ ਡੇਟ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਤੇ ਤੁਹਾਨੂੰ ਮੈਂ ਕਮਾ ਕੇ ਦਿਖਾ ਦਿੰਦਾ ਆਹ ਦੇਖੋ ਆਹ ਦੇਖੋ ਤੇ ਤੁਸੀਂ ਜਿਹੜੀ ਤਿਆਰੀ ਹੈ ਉਹ ਸਟਾਰਟ ਕਰ ਸਕਦੇ ਹੋ ਦੀ ਆਨਲਾਈਨ ਡੇਟ ਹੈ ਜਿਹੜੀ 21 8 2020 ਤੋਂ ਸਟਾਰਟਿੰਗ ਜਿਹੜੀ ਆਨਲਾਈਨ ਫਾਰਮ ਭਰਨ ਦੀ ਹੋ ਜੇਗੀ ਸਟਾਰਟ ਉਸ ਤੋਂ ਬਾਅਦ 20 ਤੱਕ ਤੁਸੀਂ ਫਾਰਮ ਭਰ ਸਕਦੇ 29 ਤੱਕ ਉਸ ਤੋਂ ਬਾਅਦ 20 ਤੋਂ ਬਾਅਦ ਓਨਵਰਡ ਤੁਸੀਂ ਐਡਮਿਟ ਕਾਰਡ ਕਟਾ ਸਕਦੇ 20 ਤਰੀਕ ਤੋਂ 20 ਦੋਸਤੋਂ ਤੇ 5 ਤਰੀਕ ਤੋਂ ਰੈਲੀ ਭਰਤੀ ਸਟਾਰਟ ਹੋਏਗੀ 5 ਤਰੀਕ 10ਵੇਂ ਮਹੀਨੇ ਤੋਂ ਤੇ ਇਹਦੀ ਤਿਆਰੀ ਜਿਹੜੇ ਮੁੰਡੇ ਜਿੰਨੇ ਵੀ ਆ ਭਰਤੀ ਵਾ ਦੇਖਣੀ ਹੈ ਜਿੰਨਾਂ ਨੇ ਤੇ ਉਹ ਇਹਨਾਂ ਦੀ ਤਿਆਰੀ ਜਿਹੜੀ ਉਹ ਕਰਨੀ ਸਟਾਰਟ ਕਰ ਦਨ 3-4 ਮਹੀਨੇ ਪਈ ਹੈ ਬਹੁਤ ਟਾਈਮ ਹੈ ਤੇ ਵੀਡੀਓ ਚੰਗੀ ਲੱਗੇ ਨਾ ਯਾਰ ਇਹ ਚੈਨਲ ਸਬਸਕ੍ਰਾਈਬ ਕਰਦੇ ਹੋ ਇਹ ਚੈਨਲ ਨਵਾਂ ਆ ਇਹਦੇ ਕਰਕੇ ਨਾ ਮੈਂ ਜਿੰਨੀਆਂ ਵੀ ਜਿੰਨੇ ਵੀ ਸਬਸਕ੍ਰਾਈਬ ਵੱਧ ਤੋਂ ਵੱਧ ਕਰੋਗੇ ਤਾਂ ਉਨਾਂ ਹੀ ਮੈਨੂੰ ਫਾਇਦਾ ਹੋਏਗਾ ਉਨਾਂ ਹੀ ਤੁਹਾਨੂੰ ਫਾਇਦਾ ਹੋਏਗਾ ਤੁਹਾਡੇ ਤੱਕ ਨਿੱਕੀ-ਨਿੱਕੀ ਜਾਣਕਾਰੀ ਪਹੁੰਚੇਗੀ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਜੇ ਨਹੀਂ ਚੰਗੀ ਲੱਗੀ ਤਾਂ ਡਿਸਲਾਈਕ ਮਾਰ ਦਿਓ ਠੀਕ ਆ ਧੰਨਵਾਦ ਵੀਰੇ